ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੇ ਪੰਜਾਬ ਦੇ ਵਿੱਚ ਗੁਰਦਾਸਪੁਰ ਆਏ ਸੀਗੇ ਰੈਲੀ ਦੇ ਵਿੱਚ, ਤੇ ਉੱਥੇ ਉਹਨਾਂ ਨੂੰ ਆਪਣੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਮਿਲਣ ਗਏ ਸੀਗੇ, ਤੇ ਸੁਖਬੀਰ ਬਾਦਲ ਦੇ ਨਾਲ ਉਹਨਾਂ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਵੀ ਸੀਗੀ। ਤੇ ਦੋਸਤੋ, ਕਲੋਲ ਕੁਝ ਇੱਦਾਂ ਹੋ ਗਈ ਸੀ, ਜਦੋਂ ਸੁਖਬੀਰ ਬਾਦਲ ਸਾਹਿਬ ਨੇ ਸਰੋਪਾ ਪਹਿਨਾਇਆ ਮੋਦੀ ਜੀ ਨੂੰ, ਤਾਂ ਮੋਦੀ ਜੀ ਨੇ ਆਪਣਾ ਹੱਥ ਅੱਗੇ ਕੀਤਾ ਹੱਥ ਮਿਲਾਉਣ ਦੇ ਲਈ, ਪਰ ਸੁਖਬੀਰ ਬਾਦਲ ਸਾਹਿਬ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ, ਤੇ ਹਰਸਿਮਰਤ ਕੌਰ ਬਾਦਲ ਨੇ ਧੱਕੇ ਨਾਲ ਸੁਖਬੀਰ ਬਾਦਲ ਦਾ ਹੱਥ ਮੋਦੀ ਜੀ ਦੇ ਨਾਲ ਮਿਲਾਇਆ। ਦੋਸਤੋ, ਇੱਦਾਂ ਦੀਆਂ ਕਲੋਲਾਂ ਸੁਖਬੀਰ ਬਾਦਲ ਸਾਹਿਬ ਨਾਲ ਹੁੰਦੀਆਂ ਰਹਿੰਦੀਆਂ ਨੇ, ਤੇ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਈਆਂ ਨੇ ਇਹਦੇ ਬਾਰੇ ਆਪਾਂ ਦੇਖੀਆਂ ਨੇਗੀਆਂ। ਸੋ ਦੋਸਤੋ, ਗੁਰਦਾਸਪੁਰ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਖਾਂ ਤੇ ਮਿੱਠੇ ਪੋਚੇ ਮਾਣ ਲਈ ਕਾਂਗਰਸ ਤੇ ਥੋੜਾ ਕਮਲਨਾਥ ਦੇ ਉੱਪਰ ਤਵਾ ਲਾਇਆ ਸੀਗਾ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।